ਸਾਲ ਦਾ ਖਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਬਠਿੰਡਾ ਦੇ ਵਿੱਚ ਇੱਕ ਜੋ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਸੀ 4 ਲੱਖ ਰੁਪਏ ਰਿਸ਼ਵਤ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਵਿਧਾਇਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਵਿਧਾਇਕ ਨੇ ਹੀ ਪੈਸਿਆਂ ਦੀ ਮੰਗ ਕੀਤੀ ਹੈ 5 ਲੱਖ ਰੁਪਏ ਮੰਗੇ ਗਏ ਨੇ ਤਾਂ ਇਸ ਦੇ ਉੱਪਰ ਸਵਾਲ ਖੜੇ ਕਰਦੇ ਹੋਏ ਸੁਖਪਾਲ ਸਿੰਘ ਖੈਰਣ ਨੇ ਕਿਹਾ ਕਿ ਜੋ ਪੈਸੇ ਮੰਗੇ ਗਏ ਨੇ ਇਹ ਜਲੰਧਰ ਦੇ ਵਿੱਚ ਜੋ ਜ਼ਿਮਨੀ ਚੋਣ ਹੋਣੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੰਗੇ ਗਏ ਨੇ ਇਹ ਪੈਸਾ ਜਿਹੜਾ ਹੈ ਸਿੱਧੇ ਸਿੱਧੇ ਅਰਵਿੰਦ ਕੇਜਰੀਵਾਲ ਤੱਕ ਪਹੁੰਚਣਾ ਇਸ ਕਰਕੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਿਧਾਇਕ ਦੇ ਉੱਪਰ ਜਿਹੜੀਆਂ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਿੱਧਾ ਪੈਸਾ ਜਿਹੜਾ ਪਾਰਟੀ ਫੰਡ ਦੇ ਵਿੱਚ ਜੁੜਨਾ ਸੀ ਤਾਂ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਇਹ ਤਾਂ ਸਿਰਫ ਮਾਮੂਲੀ ਹੀ ਇੱਕ ਅਜਿਹੀ ਘਟਨਾਤਾ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਅਜਿਹੀ ਆਮ ਆਦਮੀ ਪਾਰਟੀ ਦੇ ਐਮਐਲਏ ਕਰ ਰਹੇ ਨੇ ਤੇ ਇਸ ਦੀ ਜਾਂਚ ਦੀ ਸੁਖਪਾਲ ਸਿੰਘ ਖੈਰਾ ਨੇ ਮੰਗ ਕੀਤੀ ਹੈ ਬਠਿੰਡਾ ਦੇ ਵਿੱਚ ਇੱਕ ਪਟਿਆਲਾ ਦੇ ਅੰਦਰ ਪੈਂਦੇ ਪਿੰਡ ਦੀ ਪੰਚਾਇਤ ਦੇ ਜੋ ਸਰਪੰਚ ਹੁੰਦਾ ਉਸ ਦੇ ਪਤੀ ਵੱਲੋਂ ਜੋ ਪ੍ਰਿਤਪਾਲ ਹੁੰਦਾ ਉਸ ਨੇ ਸ਼ਿਕਾਇਤ ਕੀਤੀ ਸੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਸ਼ਿਕਾਇਤ ਤੋਂ ਬਾਅਦ ਬਠਿੰਡਾ ਦੇ ਵਿੱਚ 4 ਲੱਖ ਰੁਪਏ ਦੇ ਨਾਲ ਰੇਸ਼ਮ ਗਰਗ ਨੂੰ ਗ੍ਰਿਫਤਾਰ ਕੀਤਾ ਸੀ ਜੋ ਆਪਣੇ ਆਪ ਨੂੰ ਵਿਧਾਇਕ ਅਮਿਤ ਰਤਨ ਦਾ ਘਰੀਬੀ ਦੱਸ ਰਿਹਾ ਸੀ ਤਾਂ ਵਿਜੀਲੈਂਸ ਨੇ ਹੁਣ ਜੋ ਆਪਣੀ ਐਫਆਈਆਰ ਵੀ ਦਰਜ ਕੀਤੀ ਹੈ ਇਸ ਦੇ ਵਿੱਚ ਜੋ ਦੱਸਿਆ ਗਿਆ ਇੱਕ ਪ੍ਰਾਈਵੇਟ ਵਿਅਕਤੀ ਦੱਸਿਆ ਜਦ ਕਿ ਜੋ ਵਿਜੀਲੈਂਸ ਨੇ ਪ੍ਰੈਸ ਨੋਟ ਜਾਰੀ ਕੀਤਾ ਸੀ ਉਸ ਦੇ ਵਿੱਚ ਉਸ ਨੂੰ ਪ੍ਰਾਈਵੇਟ ਪੀਏ ਦੱਸਿਆ ਗਿਆ ਸੀ ਉਧਰ ਪੰਜਾਬ ਦੇ ਵਿੱਚ ਦਿੱਲੀ ਦੇ ਅਫਸਰ ਦੀ ਨਿਯੁਕਤੀ ਨੂੰ ਲੈ ਕੇ ਹੁਣ ਸਵਾਲ ਖੜੇ ਸ਼ੁਰੂ ਹੋ ਚੁੱਕੇ ਨੇ ਕਾਂਗਰਸ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਡਾਕਟਰ ਸਤਵੀਰ ਵਿਆਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਜਿਹੜਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕਾਂਗਰਸ ਸੁਖਪਾਲ ਸਿੰਘ ਖੈਰਾ ਨੇ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਪੰਜਾਬ ਸਰਕਾਰ ਚਲਾ ਰਿਹਾ ਹੈ ਦਿੱਲੀ ਦੇ ਅਫਸਰ ਜਿਹੜੇ ਆ ਪੰਜਾਬ ਦੇ ਵਿੱਚ ਭਰਤੀ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਰੇਰਾਂ ਦੇ ਵਿੱਚ ਵੀ ਜਿਹੜੇ ਦੋ ਅਧਿਕਾਰੀ ਰੱਖੇ ਗਏ ਸੀ ਇੱਕ ਚੇਅਰਪਰਸਨ ਰੇਰਾਂ ਦਾ ਤਾਂ ਉਹਨਾਂ ਨੂੰ ਉਸ ਦੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀ ਤਾਂ ਬੀਤੇ ਦਿਨੀ ਜਿਹੜਾ ਹੈ ਯੋਗਰਾਜ ਸਿੰਘ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 6 ਮਹੀਨੇ ਦਾ ਉਹਨਾਂ ਦਾ ਹਲੇ ਕਾਰਜਕਾਲ ਪਿਆ ਹੋਇਆ ਸੀ ਪਰ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਆਗ ਦੇ ਵਿੱਚ ਇੱਕ ਸੀਟ ਖਾਲੀ ਹੋਈ ਸੀ ਔਰ ਉਹਦੇ ਚੇਅਰਮੈਨ ਉਹਦੇ ਲਈ ਸੀਟ ਖਾਲੀ ਹੋਈ ਸੀ ਤਾਂ ਹੁਣ ਦਿੱਲੀ ਤੋਂ ਅਫਸਰ ਡਾਕਟਰ ਸਤਵੀਰ ਵਿਆਦੀ ਨੂੰ ਜਿਹੜਾ ਹੈ ਪੀਐਸਈਬੀ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਤੇ ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸ ਨੇ ਸਵਾਲ ਖੜੇ ਕੀਤੇ ਆ ਉਧਰ ਵਿਵਾਦਾਂ ਦੇ ਵਿੱਚ ਕਿਰੇ ਹੋਏ ਸਾਬਕਾ ਮੰਤਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਂ ਹੋਰ ਹਿਮਾਚਲ ਦੇ ਦੌਰੇ ਦੇ ਦੌਰਾਨ ਜਦੋਂ ਉਹਨਾਂ ਨੇ ਆਪਣੇ ਸਿਰ ਦੇ ਉੱਪਰ ਪੱਗ ਦੇ ਉੱਪਰ ਇੱਕ ਹਿਮਾਚਲੀ ਟੋਪੀ ਰੱਖੀ ਹੋਈ ਸੀ ਤਾਂ ਇਸ ਦਾ ਵਿਵਾਦ ਜਿਹੜਾ ਆ ਉਹ ਦੇਖ ਨੂੰ ਮਿਲਿਆ ਸੀ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੇ ਇਸ ਦਾ ਇਤਰਾਜ਼ ਆਰ ਕੀਤਾ ਸੀ ਤਾਂ ਹੋਰ ਵੀ ਸਿੱਖ ਜਥੇਬੰਦੀਆਂ ਲਗਾਤਾਰ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਦੀਆਂ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਸ੍ਰੀ ਅਕਾਲ ਤਖਤ ਸੈਵ ਵਿਖੇ ਚਰਨਜੀਤ ਸਿੰਘ ਚੰਨੀ ਨੇ ਫੋਨ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕੀਤਾ ਤੇ ਇਸ ਜੋ ਤਸਵੀਰ ਜਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ ਕਿਹਾ ਕਿ ਮੇਰੇ ਤੋਂ ਅਣਜਾਣੇ ਦੇ ਵਿੱਚ ਪੱਗ ਦੇ ਉੱਪਰ ਟੋਪੀ ਰੱਖੀ ਗਈ ਸੀ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੈਂ ਜਲਦ ਹੀ ਲਿਖਤੀ ਰੂਪ ਦੇ ਵਿੱਚ ਵੀ ਮਾਫੀਨਾਮਾ ਭੇਜਾਂਗਾ ਉਧਰ ਭਗਵੰਤ ਮਾਨ ਅੱਜ ਮੁਰ ਤੋਂ ਜਲੰਧਰ ਦੌਰੇ ਤੇ ਪਹੁੰਚੇ ਨੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਤੀਸਰਾ ਗੇੜਾ ਇਸ ਤੋਂ ਪਹਿਲਾਂ ਅੱਜ ਜਿਹੜਾ ਹੈ ਇਸ ਤੋਂ ਪਹਿਲਾਂ ਸਭ ਜੋ ਪਹਿਲਾ ਗੇੜਾ ਲੱਗਾ ਸੀ ਉਹ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰ ਮਨਾਉਣ ਦੇ ਲਈ ਜਿਹੜੀ ਕਾਂਸੀ ਟ੍ਰੇਨ ਜਾਣੀ ਸੀ ਉਸ ਨੂੰ ਹਰੀ ਝੰਡੀ ਦੇਣ ਦੇ ਲਈ ਮੁੱਖ ਮੰਤਰੀ ਪਹੁੰਚੇ ਸੀ ਫਿਰ ਇਸ ਤੋਂ ਬਾਅਦ ਦੂਸਰਾ ਗੇੜਾ ਜਿਹੜਾ ਲੱਗਦਾ ਉਹ ਗੁਰਪੁਰਵ ਗੁਰੂ ਰਵਿਦਾਸ ਜੀ ਦੇ ਗੁਰਪੁਰ ਮੌਕੇ ਦੇ ਉੱਪਰ ਪਹੁੰਚਦੇ ਆ ਸ਼ੋਭਾ ਯਾਤਰਾ ਦੇ ਵਿੱਚ ਨਗਰ ਕੀਰਤਨ ਦਾ ਹਿੱਸਾ ਬਣਦੇ ਆ ਤੇ ਅੱਜ ਸ਼ਿਵਰਾਤਰੀ ਦੇ ਮੌਕੇ ਤੇ ਜਲੰਧਰ ਦੇ ਵਿੱਚ ਮੁੱਖ ਮੰਤਰੀ ਪਹੁੰਚ ਰਹੇ ਨੇ ਤਾਂ ਜਲੰਧਰ ਸਭ ਤੋਂ ਬੈਸਟ ਇਸ ਕਰਕੇ ਲੱਗ ਰਿਹਾ ਕਿਉਂਕਿ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਇੱਕ ਗਰਾਊਂਡ ਬਣਾਉਂ ਲì ਲਗਾਤਾਰ ਉੱਥੇ ਜਾ ਰਹੇ ਨੇ ਤਾਂ ਤੇ ਕਰੀਬਨ ਕੁਝ ਦਿਨਾਂ ਦੇ ਵਿੱਚ ਹੀ ਇਹ ਤੀਸਰਾ ਘੇੜਾ ਜਲੰਧਰ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਕੋਠੀ ਦੇ ਬਾਹਰ ਜੋ 41 61 ਅਧਿਆਪਕ ਯੂਨੀਅਨ ਹੈ ਉਹਨਾਂ ਤੇ ਪੁਲਿਸ ਵਿਚਾਲੇ ਮੁਠ ਜਿਹੜੀ ਹੈ ਉਹ ਕਾਮੁਕੀ ਦੇਖਣ ਨੂੰ ਮਿਲੀ ਹੈ ਪੁਲਿਸ ਵੱਲੋਂ ਹਲਕਾ लाठी चार्ज ਦਾ ਇਸਤੇਮਾਲ ਕੀਤਾ ਗਿਆ 41 41 61 ਅਧਿਆਪਕ ਯੂਨੀਅਨ ਪਿਛਲੇ ਕਾਫੀ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜੀ ਹੈ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹਨਾਂ ਦੀ ਅੱਜ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਵੱਲੋਂ ਹਲਕਾ लाठी चार्ज ਕੀਤਾ ਗਿਆ ਜਿਸ लाठी चार्ज ਦੇ ਵਿੱਚ ਜਦੋਂ ਕੁੱਟ ਹੁੰਦੀ ਹੈ ਮਾਸਟਰਾਂ ਦੀ ਤਾਂ ਉਸ ਦੇ ਵਿੱਚ ਤਿੰਨ ਅਧਿਆਪਕ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਇਹਨਾਂ ਅਧਿਆਪਕਾਂ ਦੀ ਇਹ ਮੰਗ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਸੀ ਪਰ ਹਾਲੇ ਤੱਕ ਇਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਹਾਲੇ ਤੱਕ ਨੌਕਰੀ ਜੁਆਇਨ ਨਹੀਂ ਕਰਵਾਈ ਗਈ ਸਿਰਫ ਉਹਨਾਂ ਦੇ ਹੱਥ ਜੁਆਇਨਿੰਗ ਲੈਟਰ ਹੀ ਪਹੁੰਚਿਆ ਤਾਂ ਹੁਣ ਆਪਣੇ ਜੁਆਇਨਿੰਗ ਲੈਟਰ ਲੈ ਕੇ ਨੌਕਰੀ ਲੈਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹੁੰਦੇ ਜਿਸ ਦੌਰਾਨ ਪੁਲਿਸ ਦੇ ਨਾਲ ਉਹਨਾਂ ਦੀ ਹਲਕੀ ਜਿਹੜੀ ਹੈ ਉਹ ਤੱਕਾ ਮੁੱਕੀ ਹੁੰਦੀ ਹੈ ਜ਼ਬਰਦਸਤ ਤੱਕਾ ਮੁੱਕੀ ਹੁੰਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੂੰ ਹਲਕਾ ਲਾਠੀ ਚਾਰਜ ਕਰਨ ਕੀ ਹਲਕੇ ਬਲ ਦਾ ਇਸਤੇਮਾਲ ਕਰਨਾ ਪਿਆ ਉਧਰ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਪੈरिस 올림픽 2024 ਦੀ ਤਿਆਰੀ ਦੇ ਲਈ ਅਕਸ਼ਦੀਪ ਸਿੰਘ ਜੋ ਬਰਨਾਲਾ ਦਾ ਹੀ ਰਹਿਣ ਵਾਲਾ ਉਸ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਮੀਤ ਹੈਰ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਰਿਹائش ਤੇ ਉੱਤੇ ਆਕਾਸ਼ਦੀਪ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਪ੍ਰੇਰਿਤ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡ ਮੰਤਰੀ ਨੇ 올림픽ਸ ਨੂੰ ਕੁਆਲੀਫਾਈ ਹੋਏ ਪਹਿਲੇ ਭਾਰਤੀ ਐਥਲੀਟ ਦਾ ਸਨਮਾਨ ਕੀਤਾ ਉਹਨਾਂ ਨੇ ਮੀਤ ਹੈਰ ਨੇ ਦਾਅਵਾ ਕੀਤਾ ਕਿ ਜੋ ਖਿਡਾਰੀ ਹੈਗਾ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦਾ ਚੈੱਕ ਦਿੱਤਾ ਤਾਂ ਜੋ ਆਪਣੀ ਤਿਆਰੀ ਪ੍ਰੈਕਟਿਸ ਕਰ ਸਕੇ ਕੈਸ਼ ਪ੍ਰਾਈਜ਼ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਨਹੀਂ ਆਮ ਤੌਰ ਤੇ ਹੁੰਦਾ ਵੀ ਜਦੋਂ 올림픽 ਚੋ ਮੈਡਲ ਲੈ ਕੇ ਆਉਂਦੇ ਆ ਉਦੋਂ ਖਿਡਾਰੀਆਂ ਨੂੰ ਕੈਸ਼ ਪ੍ਰਾਈਜ਼ ਨੇ ਜਿਹੜੇ ਦਿੱਤੇ ਜਾਂਦੇ ਆ ਪਰ ਸੀਐਮ ਸਾਹਿਬ ਨੇ ਮੈਂ ਧੰਨਵਾਦ ਕਰਨਾ ਕਿ ਤਿਆਰੀ ਦੇ ਲਈ 5 ਲੱਖ ਰੁਪਇਆ ਅਕਸ਼ ਨੂੰ ਜਿਹੜਾ ਉਹ ਦਿੱਤਾ ਤਾਂ ਕਿ ਆਪ ਦੀ 올림픽 ਦੇ ਵਿੱਚ ਜਿਹੜੀ ਤਿਆਰੀ ਕਰਨੀ ਹੈ ਉਹਦੇ ਵਿੱਚ ਕੋਈ ਕਮੀ ਨਹੀਂ रह ਸਕੀ ਸੋ ਮੈਂ ਅਕਸ਼ ਨੂੰ ਦੁਬਾਰਾ ਸ਼ੁਭ ਸ਼ਾਮਾ ਦੇਣਾ ਕੋਸਾ ਬਣਾ ਲਿਆ ਹੈ ਉਹਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਉਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਜਿਨ੍ਹਾਂ ਨੇ ਬਹੁਤ ਵੱਡਾ ਖਿਡਾਰੀ ਜਿਹੜਾ ਤਿਆਰ ਕੀਤਾ ਤੇ ਹੁਣ ਵੀ ਇਹ ਹੈ ਵੀ ਮਿਹਨਤ ਜਿਹੜੀ ਮੈਂ ਕਹੂੰਗਾ ਵੀ ਅਕਸ਼ਾ ਹੋਰ ਕਰੇ ਦਿਨ ਰਾਤ ਤੇ ਕਿਉਂਕਿ ਹਜੇ ਉਮਰ ਬੜੀ ਛੋਕੀ ਆ ਸਾਰੀ 23 ਸਾਲ ਦੀ ਉਮਰ ਆ ਅਸੀਂ ਤਾਂ ਕਹਿਣਾ ਵੀ ਆਉਣ ਵਾਲੀ ਹਜੇ 3-4 올림픽 ਹੋਰ ਕਿੱਡੇ ਤੇ ਸਾਰਿਆਂ ਦੇ ਵਿੱਚੋਂ ਸਾਡੇ ਦੇਸ਼ ਲਈ ਮੈਡਲ ਲੱਗਿਆ ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਐਮਸੀਡੀ ਦੀ ਚੋਣਾਂ ਨੂੰ ਲੈ ਕੇ 22 ਫਰਵਰੀ ਨੂੰ ਕਰਵਾਉਣ ਦੇ ਲਈ ਰਾਜਪਾਲ ਨੂੰ ਜਿਹੜਾ ਇੱਕ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ ਕਿਹਾ ਗਿਆ ਕਿ 22 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣ ਬੀਤੇ ਦਿਨ ਸੁਪਰੀਮ ਕੋਰਟ ਨੇ ਜੋ ਦਿੱਲੀ ਨਗਰ ਨਿਕਮ ਦੀ ਚੋਣ ਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਸੀ ਜੋ ਹੁਕਮ ਜਾਰੀ ਕੀਤੇ ਸੀ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਕਿਹਾ ਗਿਆ ਸੀ ਕਿ 24 ਘੰਟਿਆਂ ਦੇ ਅੰਦਰ ਅੰਦਰ ਦਿੱਲੀ ਦੇ ਵਿੱਚ ਜਿਹੜੀ ਹੈਗੀ ਹੈ ਮੇਅਰ ਦੀ ਚੋਣ ਕੀਤੀ ਜਾਵੇ ਜਿਹੜਾ ਇਸ ਸੰਦੀਪ ਦਾ ਇਹ ਮਾਮਲਾ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਸੀ ਕਿਉਂਕਿ ਆਮ ਆਦਮੀ ਪਾਰਟੀ ਮੰਗ ਕਰ ਰਹੀ ਸੀ ਕਿ ਦਿੱਲੀ ਦੇ ਵਿੱਚ ਜੋ ਚੁਣੇ ਜਾਂਦੇ ਨੇ ਜੋ ਨੋਮੀਨੇਟਡ ਮੈਂਬਰ ਹੁੰਦੇ ਨੇ ਉਹਨਾਂ ਨੂੰ ਵੋਟ ਨਾ ਪਾਉਣ ਦਾ ਜਿਹੜਾ ਹੈ ਉਹਨਾਂ ਦੇ ਵੋਟ ਪਾਉਣ ਦਾ ਅਧਿਕਾਰ ਖੋਇਆ ਜਾਵੇ ਯਾਨੀ ਕਿ ਉਹ ਵੋਟ ਨਹੀਂ ਪਾ ਸਕਦੇ ਇਸ ਮੁੱਦੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਹੋਇਆ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਦਿੱਲੀ ਮੇਅਰ ਦੀ ਚੋਣ ਦੇ ਵਿੱਚ ਚੁਣੇ ਹੋਏ ਜਾਨੀ ਕਿ ਨਾਮਜ਼ਦ ਜਾਂ ਨੋਮੀਨੇਟਡ ਮੈਂਬਰ ਜਿਹੜੇ ਆ ਉਹ ਦਿੱਲੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਵਿੱਚ ਆਪਣਾ ਵੋਟ ਨਹੀਂ ਕਰ ਸਕਦੇ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ 24 ਘੰਟੇ ਦੇ ਅੰਦਰ ਅੰਦਰ ਦਿੱਲੀ ਐਮਸੀਡੀ ਚੋਣਾ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਸੀ ਤਾਂ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਐਲਜੀ ਵੀ ਕੇ ਸਖਸੈਨਾ ਨੂੰ ਜਿਹੜਾ ਪ੍ਰਸਤਾਵ ਭੇਜਿਆ ਤੇ ਮੰਗ ਕੀਤੀ ਹੈ ਕਿ 22 ਫਰਵਰੀ ਨੂੰ ਜਿਹੜਾ ਦਿੱਲੀ ਮੇਅਰ ਦੀ ਚੋਣ ਕਰਵਾਈ ਜਾਵੇ ਉੱਧਰ ਅਮਰੀਕਾ ਦੇ ਮਿਸਿਸਿਪੀ ਦੇ ਵਿੱਚ ਇੱਕ ਭਿਆਨਕ ਹਸਾ ਵਾਪਰਿਆ ਇੱਕ ਅਣਪਛਾਤੇ ਵੱਲੋਂ ਜਿਹੜੀ ਹੈ ਗੋਲੀਬਾਰੀ ਕੀਤੀ ਗਈ ਤੇ ਇਸ ਗੋਲੀਬਾਰੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਰਾਤ ਕਾਰਜ ਕਰ ਰਹੀ ਹੈ ਤੇ ਇਹਨਾਂ ਹਮਲਾਵਰਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੇ ਲਈ ਲਗਾਤਾਰ ਪੁਲਿਸ ਤੇ ਪ੍ਰਸ਼ਾਸਨ ਜੁਟਿਆ ਹੋਇਆ ਫਿਲਹਾਲ 5 ਵਜੇ ਤੱਕ ਦੀਆਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ